ਗਿਆਨੀ ਧਿਆਨੀ ਗੁਰਗਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਆਪਾਂ ਇਸ ਸ਼ਬਦ ਦੇ ਆਰੰਭ ਦੇ ਵਿੱਚ ਭੂਮਿਕਾ ਦੇ ਵਿੱਚ ਬੇਨਤੀ ਕਰ ਰਹੇ ਸੀ ਕਿ ਇਹ ਸ਼ਬਦ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਸੁਲਤਾਨਪੁਰ ਵਾਹਿਗੁਰੂ ਜੀ ਰਾਏ ਭੁਜ ਦੀ ਤਲਵੰਡੀ ਦੇ ਵਿੱਚ ਜਦੋਂ ਆਪ ਜੀ ਉਦਾਸੀਆਂ ਨੂੰ ਪਹਿਲੀ ਵਾਰੀ ਆਪ ਜੀ ਨੇ ਪਵਿੱਤਰ ਮੁਬਾਰਕ ਚਰਨ ਰੱਖੇ ਤਾਂ ਕੁਝ ਕੁ ਸਮੇਂ ਬਾਅਦ ਰਾਏ ਬਲਾਰ ਜੀ ਦੀ ਬੇਨਤੀ ਕਰਨ 'ਤੇ ਸਤਿਗੁਰੂ ਵਾਪਸ ਨਗਰ ਵਿੱਚ ਪਹੁੰਚੇ ਅਤੇ ਬਾਬਾ ਤੇਜ ਭਾਨ ਦੇ ਖੂਹ ਦੇ ਉੱਤੇ ਸਤਿਗੁਰੂ ਜਾ ਕੇ ਰੁਕੇ। ਉੱਥੇ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਅਤੇ ਪਿਤਾ ਕਲਿਆਣ ਰਾਏ ਜੀ ਸਤਿਗੁਰਾਂ ਨੂੰ ਜਾ ਕੇ ਮਿਲੇ। ਉਸ ਸਮੇਂ ਕੋਈ ਬਚਨ ਬਲਾਸ ਹੋਏ, ਪਿਤਾ ਜੀ ਨੇ ਬਹੁਤ ਕੁਝ ਕਿਹਾ, ਨਾਨਕ ਤੈਨੂੰ ਮੈਂ ਦੁਕਾਨ ਕਰਾ ਦੇਣਾ, ਤੈਨੂੰ ਜੇ ਦੁਕਾਨ ਨਹੀਂ ਕਰਨੀ ਚਾਹੁੰਦਾ ਤਾਂ ਘੋੜਿਆਂ ਦਾ ਵਪਾਰ ਕਰਾ ਦੇਵਾਂ, ਜੇਕਰ ਵਪਾਰ ਨਹੀਂ ਕਰਨਾ ਤੈਨੂੰ ਵਾਹੀ ਕਰਾ ਦੇਵਾਂ, ਜੇਕਰ ਵਾਹੀ ਨਹੀਂ ਕਰਨੀ ਤਾਂ ਮੈਂ ਤੈਨੂੰ ਕਿਸੇ ਦੀ ਨੌਕਰੀ ਕਰਾ ਦੇਵਾਂ। ਕਈ ਔਫਰਾਂ ਰੱਖੀਆਂ, ਇਹ ਵਿਚਾਰ ਆਪਾਂ ਪਿਛਲੇ ਦੀਵਾਨਾਂ ਅੰਦਰ ਕਰ ਆਏ ਹਾਂ। ਸਾਹਿਬ ਨੇ ਸਵਾਲਿਆਂ ਨੂੰ ਰਿਜੈਕਟ ਕਰ ਦਿੱਤਾ, ਕਹਿਣ ਲੱਗੇ ਪਿਤਾ ਜੀ ਮੈਂ ਸੰਸਾਰਕ ਮਾਇਆ ਵਿੱਚ ਨਹੀਂ ਜੁੜਨਾ, ਮੈਂ ਕੇਵਲ ਇੱਕ ਨਿਰੰਕਾਰ ਦੇ ਨਾਲ ਹੀ ਜੁੜ ਕੇ ਰਹਾਂਗਾ। ਉਸ ਸਮੇਂ ਮਾਤਾ ਜੀ ਨੇ ਪੁੱਛਿਆ ਸੀ, ਨਾਨਕ ਦੁਨੀਆਂ ਦੇ ਪੁੱਤ ਵੀ ਨਾਮ ਜਪਦੇ ਨੇ, ਬੇਟਾ ਤੂੰ ਇੰਨਾ ਕੁ ਨਾਮ ਦੇ ਮਗਰ ਪੈ ਗਿਆ, ਜਿਸ ਪਰਮਾਤਮਾ ਦਾ ਨਾਮ ਹੀ ਜਪਦਾ ਰਹਿੰਦਾ ਉਹ ਪਰਮਾਤਮਾ ਹੈ ਕਿੱਡਾ ਕੁ ਵੱਡਾ। ਤਾਂ ਤੇ ਆਪ ਜੀ ਨੇ ਇਹ ਅੰਮ੍ਰਿਤਮਈ ਬੋਲ ਸਾਂਝੇ ਕੀਤੇ ਸਨ, ਐ ਮੇਰੀ ਮਾਂ ਤੂੰ ਜਿਸ ਪਰਮਾਤਮਾ ਬਾਰੇ ਪੁੱਛਦੀ ਆ ਉਹਨੂੰ ਦੱਸਣਾ ਕਿਸੇ ਨੇ ਕੀ, ਉੱਥੇ ਤਾਂ ਬਸ ਕੇਵਲ ਇਹੀ ਚੱਲਦਾ ਕਿ ਸੁਣ ਵੱਡਾ ਆਖੇ ਸਭ ਕੋਈ, ਜਿੰਨਾ ਕਿਸੇ ਨੇ ਕਹਿ ਦਿੱਤਾ, ਜਿੰਨਾ ਕਿਸੇ ਨੇ ਸੁਣ ਲਿਆ ਉਹਨਾਂ ਕੁ ਉਹਨੂੰ ਵੱਡਾ ਕਹਿ ਦਿੱਤਾ। ਉਸ ਪਾਰ ਬ੍ਰਹਮ ਪਰਮੇਸ਼ਰ ਨੂੰ ਕੇਵਲ ਵੱਡਾ ਡੀਠਾ ਹੋਏ, ਉਹਨੂੰ ਤਾਂ ਕੇਵਲ ਵੇਖਿਆ ਹੀ ਪਤਾ ਲੱਗਦਾ ਕਿ ਉਹ ਕਿੱਡਾ ਕੁ ਵੱਡਾ ਹੈ। ਕੁਝ ਗੁਰਮੁਖ ਪਿਆਰਿਆਂ ਨੇ ਇੱਥੇ ਭੂਮਿਕਾ ਬੱਧੀ ਕਿ ਇਹ ਸ਼ਬਦ ਸਤਿਕਾਰਯੋਗ ਭੈਣ ਜੀ ਦੇ ਨਾਲ ਸਾਂਝਾ ਹੋਇਆ, ਭੈਣ ਜੀ ਦੇ ਨਾਲ ਹੋਇਆ, ਚਾਹੇ ਸਤਿਕਾਰਯੋਗ ਮਾਤਾ ਜੀ ਦੇ ਨਾਲ ਹੋਇਆ। ਗੱਲ ਤਾਂ ਇਹ ਹੈ ਕਿ ਜਦੋਂ ਆਪ ਜੀ ਨੇ ਇੱਥੋਂ ਤੱਕ ਅੰਮ੍ਰਿਤਮਈ ਬੋਲ ਬਖਸ਼ਿਸ਼ ਕੀਤੇ, ਗਿਆਨੀ ਧਿਆਨੀ ਗੁਰਗੁਰਹਾਈ ਕਹਿਣ ਜਾਈ ਤੇਰੀ ਤਿਲ ਵਡਿਆਈ, ਅਤੇ ਅੱਗੋਂ ਜਗਿਆਸੂ ਰੂਪੀ ਮਨ ਪੁੱਛਦਾ ਹੈ, ਚਾਹੇ ਭੂਮਿਕਾ ਦੇ ਵਿੱਚ ਆਪਾਂ ਸਤਿਕਾਰਯੋਗ ਮਾਤਾ ਜੀ ਕਹਿ ਦਈਏ, ਚਾਹੇ ਸਤਿਕਾਰਯੋਗ ਬੇਬੇ ਨਾਨਕੀ ਜੀ ਕਹਿ ਦਈਏ, ਫਿਰ ਇੱਕ ਇਹ ਅਣਜਾਣ ਮਨ ਪੁੱਛਣਾ ਕਰਦਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਪਵਿੱਤਰ ਰੂਪ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਤੋਂ। ਕਹਿਣ ਲੱਗਾ ਇਹ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਤੁਸੀਂ ਕਿਰਪਾ ਕਰਕੇ ਇੱਕ ਗੱਲ ਦੱਸੋ ਕਿ ਪਾਤਸ਼ਾਹ ਜਿਹੜਾ ਪਾਰ ਬ੍ਰਹਮ ਪਰਮੇਸ਼ਰ ਇੰਨਾ ਕੁ ਬੇਅੰਤ ਹੈ, ਕੋਈ ਗਿਆਨੀ ਧਿਆਨੀ ਉਹਨਾਂ ਦੀ ਕੀਮਤ ਨਹੀਂ ਜਾਣ ਸਕਦਾ, ਅਤੇ ਫਿਰ ਸਤਿਗੁਰੂ ਜੀ ਜਿਹੜਾ ਸਤੀਆਂ ਨੂੰ ਜੋ ਸੱਤ ਦੀ ਪ੍ਰਾਪਤੀ ਹੁੰਦੀ ਹੈ, ਤਪੀਆਂ ਨੂੰ ਤਪ ਦੀ ਪ੍ਰਾਪਤੀ ਹੁੰਦੀ, ਗਿਆਨੀ ਲੋਕ ਗਿਆਨ ਦੀ ਪ੍ਰਾਪਤੀ ਕਰਦੇ ਨੇ, ਧਿਆਨੀ ਲੋਕ ਧਿਆਨ ਤੱਕ ਜਾਂਦੇ ਨੇ, ਸਿੱਧਾਂ ਪੁਰਖਾਂ ਨੂੰ ਸਿੱਧਾਂ ਦੀਆਂ ਪ੍ਰਾਪਤੀਆਂ ਹੁੰਦੀਆਂ ਹਨ, ਇਹ ਸਾਰਾ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਦਾਤ ਹੈ ਜਾਂ ਆਪਣੀਆਂ ਕੋਸ਼ਿਸ਼ਾਂ ਦੇ ਨਾਲ ਵੀ ਕੁਝ ਪ੍ਰਾਪਤ ਹੁੰਦਾ ਹੈ। ਤਾਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਇਸ ਜਗਿਆਸੂ ਮਨ ਦੇ ਅਗਲੇ ਸਵਾਲ ਦਾ ਜਵਾਬ ਦਿੰਦਿਆਂ ਫਿਰ ਅਗਲੀਆਂ ਪਵਿੱਤਰ ਪੰਕਤੀਆਂ ਦੀ ਕਿਰਪਾ ਕੀਤੀ। ਸਾਹਿਬ ਕਹਿੰਦੇ ਐ ਭੋਲਿਆ ਮਨਾ ਸਭ ਸੱਤ ਸਭ ਤਪ ਸਭ ਚੰਗਿਆਈ ਹੈ, ਜਿੰਨੇ ਵੀ ਸੱਤ ਵੇਖਣਾ ਜਿੰਨੇ ਵੀ ਤਪ ਵੇਖ ਰਿਹਾ ਜਿੰਨੀਆਂ ਵੀ ਚੰਗਿਆਈਆਂ ਧਰਤੀ ਉੱਤੇ ਵੇਖ ਰਿਹਾ ਨਾ, ਸਭ ਸੱਤ ਸਭ ਤਪ ਸਭ ਚੰਗਿਆਈ ਆ। ਇੱਥੇ ਚੰਗਿਆਈਆਂ ਸ਼ਬਦ ਅਕਸਰ ਆਪਾਂ ਬੋਲ ਦਿੰਦੇ ਹਾਂ, ਬਿੰਦੀ ਲਾ ਦਿੰਦੇ ਹਾਂ, ਪਰ ਐੜੀ ਨੂੰ ਕੰਨਾਂ ਲਾ ਕੇ ਬਿੰਦੀ ਨਹੀਂ, ਕੇਵਲ ਐੜੀ ਨੂੰ ਕੰਨਾਂ ਹੈ, ਸਭ ਸੱਤ ਸਭ ਤਪ ਸਭ ਚੰਗਿਆਈ ਆ, ਸਭ ਚੰਗਿਆਈਆਂ ਸਿੱਧਾ ਪੁਰਖਾ ਕੀਆ ਵਡਿਆਈ ਆ। ਅਕਸਰ ਬੋਲਣ ਦੇ ਵਿੱਚ ਜਦੋਂ ਆਪਾਂ ਦੇਖਦੇ ਹਾਂ ਜਾਂ ਸੁਣਦੇ ਹਾਂ ਤੇ ਇੱਥੇ ਸ਼ਬਦ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਇਹ ਚੌਂ ਅੱਖਰਾਂ ਨੂੰ ਹੀ ਬਿੰਦੀ ਲਗਾ ਦਿੱਤੀ ਜਾਂਦੀ ਹੈ, ਚੌਂ ਅੱਖਰਾਂ ਨੂੰ। ਇਸ ਤਰ੍ਹਾਂ ਪਤਾ ਨਹੀਂ ਕਿੰਨੀਆਂ ਕੁ ਬਿੰਦੀਆਂ ਆਪਾਂ ਸਤਿਗੁਰਾਂ ਦੇ ਇਸ ਅੰਮ੍ਰਿਤਮਈ ਪਵਿੱਤਰ ਬਾਣੀ ਦੇ ਉਚਾਰਨ ਦੇ ਅੰਦਰ ਲਗਾ ਦਿੰਦੇ ਹਾਂ, ਕਿੰਨੀਆਂ ਕੁ ਬਿੰਦੀਆਂ ਇਹਦੇ ਅੰਦਰ ਲਗਾ ਦਿੰਦੇ ਹਾਂ ਆਪਾਂ, ਸਮਝ ਨਹੀਂ ਸਾਨੂੰ ਪੈਂਦੀ। ਤਾਂਹੀਓ ਤਾਂ ਜ਼ਿੰਦਗੀ ਦੇ ਅੰਦਰ ਕਿਤੇ ਪ੍ਰਾਪਤੀ ਤੱਕ ਇਹ ਸੁਰਤ ਪਹੁੰਚ ਨਹੀਂ ਸਕਦੀ, ਕਿਉਂਕਿ ਸਤਿਗੁਰਾਂ ਨੇ ਜਿੱਥੇ ਬਿੰਦੀ ਦੀ ਜ਼ਰੂਰਤ ਪਈ ਉੱਥੇ ਬਿੰਦੀ ਲਾਈ, ਜਿੱਥੇ ਬਿੰਦੀ ਦੀ ਜ਼ਰੂਰਤ ਨਹੀਂ ਉੱਥੇ ਬਿੰਦੀ ਨਹੀਂ ਲਾਈ। ਅਸੀਂ ਆਪਣੇ ਮਨ ਦੇ ਕੋਲੋਂ ਹੀ ਕਿਆਫੇ ਲਾ ਲਾ ਕੇ ਬਿੰਦੀਆਂ ਲਾਉਣੀਆਂ ਆਰੰਭ ਕਰ ਦਿੱਤੀਆਂ। ਮੈਂ ਇੱਕ ਹੋਰ ਉਦਾਹਰਣ ਆਪ ਜੀ ਨਾਲ ਸਾਂਝੀ ਕਰਾਂ। ਜਪਜੀ ਸਾਹਿਬ ਦੀ ਅੰਮ੍ਰਿਤਮਈ ਬਾਣੀ ਦੇ ਅੰਦਰ ਕੇਵਲ ਇੱਕ ਬਿੰਦੀ ਹੈ, ਕੇਵਲ ਇੱਕ ਬਿੰਦੀ ਪੂਰੀ ਜਪਜੀ ਸਾਹਿਬ ਦੇ ਅੰਦਰ, ਉਹ ਵੀ ਅਖੀਰਲੀ ਪੌੜੀ ਦੇ ਵਿੱਚ ਜਦੋਂ ਆਪਾਂ ਸ਼ਬਦ ਪੜ੍ਹਦੇ ਹਾਂ ਨਾ ਕਿ ਜੱਤ ਪਹਾਰਾ ਧੀਰ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਉ ਖਲਾ ਅਗਨ ਤਪਤਾਓ ਭਾਂਡਾ ਭਾਂਡਾ ਭਾਉ, ਭਾਂਡਾ ਦੇ ਉੱਤੇ ਬਿੰਦੀ ਹੈ ਕੇਵਲ ਜਪਜੀ ਸਾਹਿਬ ਦੇ ਅੰਦਰ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ।
ਘੜੀਏ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਅਖੀਰਲੀ ਪੌੜੀ 38ਵੀਂ ਦੇ ਅੰਦਰ ਭਾਂਡਾ ਸ਼ਬਦ ਉੱਤੇ ਸਤਿਗੁਰਾਂ ਕੇਵਲ ਇੱਕ ਬਿੰਦੀ ਲਾਈ। ਅੱਜ ਜਪਜੀ ਸਾਹਿਬ ਦਾ ਪਾਠ ਕਰਨ ਲੱਗੇ ਪਤਾ ਨਹੀਂ ਕਿੰਨੀਆਂ ਕੁ ਬਿੰਦੀਆਂ ਆਪਾਂ ਆਪਣੇ ਕੋਲੋਂ ਲਗਾ ਦਿੰਦੇ ਹਾਂ। ਆਨੰਦ ਸਾਹਿਬ ਦੀ ਅੰਮ੍ਰਿਤਮਈ ਬਾਣੀ ਵਾਲੇ ਪਾਸੇ ਮੈਂ ਖਿਆਲ ਲੈ ਜਾਵਾਂ। ਆਨੰਦ ਸਾਹਿਬ ਦੀ ਅੰਮ੍ਰਿਤਮਈ ਬਾਣੀ ਦੇ ਅੰਦਰ ਕੇਵਲ ਦੋ ਬਿੰਦੀਆਂ ਹਨ। ਇੱਕ ਤਾਂ ਆਪ ਜੀ ਨੇ ਉਸ ਸਮੇਂ ਬਿੰਦੀ ਦੀ ਵਰਤੋਂ ਕੀਤੀ ਜਦੋਂ ਸਾਹਿਬ ਕਿਰਪਾ ਕਰਦੇ ਹਨ, ਹੇ ਅਕਾਲ ਪੁਰਖ ਵਾਹਿਗੁਰੂ ਜੀਓ, ਆਪ ਜੀ ਨੇ ਕਿਰਪਾ ਕੀਤੀ, ਪਾਤਸ਼ਾਹ ਆਪ ਜੀ ਦੀ ਰਹਿਮਤ ਹੋਈ ਅਤੇ ਸਤਿਗੁਰੂ ਜੀ ਇਹ ਮਨ ਸ਼ਾਂਤ ਹੋ ਗਿਆ। ਜਦੋਂ ਆਪਾਂ ਸ਼ਬਦ ਵਰਤਦੇ ਨਾ, ਕਰ ਸ਼ਾਂਤ ਸੁਖ ਮਨ ਆਏ ਵਸਿਆ ਜਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋ ਜਿਸ ਦੀਆਂ ਇਹ ਵਡਿਆਈਆ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਚੌਥੀ ਪੌੜੀ ਦੇ ਅੰਦਰ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ। ਕਿਤੇ ਵੀ ਬਿੰਦੀ ਨਹੀਂ, ਕੇਵਲ ਸ਼ਾਂਤ ਸ਼ਬਦ ਦੇ ਉੱਤੇ ਬਿੰਦੀ ਹੈ। ਆਈਆਂ ਪਜਾਈਆਂ ਵਡਿਆਈਆਂ ਦੇ ਉੱਤੇ ਕਿਤੇ ਬਿੰਦੀ ਨਹੀਂ, ਪਰ ਅਕਸਰ ਆਪਾਂ ਬਿੰਦੀਆਂ ਦੇ ਬਿਨਾਂ ਕਦੀ ਵੀ ਇਸ ਪੌੜੀ ਨੂੰ ਤਾਂ ਕੀ ਆਨੰਦ ਸਾਹਿਬ ਦੀਆਂ ਪਤਾ ਨਹੀਂ ਕਿੰਨੀਆਂ ਕੁ ਪੌੜੀਆਂ ਦੇ ਅੰਦਰ ਕਿੰਨੀਆਂ ਕੁ ਬਿੰਦੀਆਂ ਲਗਾ ਦਿੰਦੇ, ਬਿਨਾਂ ਬਿੰਦੀਆਂ ਤੋਂ ਬੋਲਦੇ ਹੀ ਨਹੀਂ। ਇੱਕ ਬਿੰਦੀ ਹੋਰ ਜਾ ਕੇ ਆਪਾਂ ਨੂੰ ਜਾ ਕੇ ਪ੍ਰਾਪਤ ਹੁੰਦੀ ਹੈ। ਅਖੀਰ ਵਿੱਚ ਜਦੋਂ ਅਖੀਰ ਤੋਂ ਪਹਿਲਾਂ ਸਤਿਗੁਰੂ ਜਦੋਂ ਅੰਮ੍ਰਿਤਮਈ ਬਾਣੀ ਦਾ ਬਚਨ ਸਾਂਝਾ ਕਰਦੇ ਹਨ ਤੇ ਸਤਿਗੁਰੂ ਕਹਿੰਦੇ, ਸਤਿਗੁਰੂ ਬਾਜੋ ਹੋਰ ਕੱਚੀ ਹੈ ਬਾਣੀ। ਉਹ ਕੱਚੀ ਬਾਣੀ ਦੀ ਜੋ ਗੱਲ ਆਉਂਦੀ ਸ਼ਬਦ ਉੱਥੇ ਜਾ ਕੇ ਆਉਂਦਾ, ਹੇ ਅਕਾਲ ਪੁਰਖ ਵਾਹਿਗੁਰੂ ਜੀਓ, ਆਪ ਜੀ ਦੀ ਅੰਮ੍ਰਿਤਮਈ ਬਾਣੀ ਸਤਿਗੁਰ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਦਾ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਕੱਚੀ ਦੇ ਉੱਤੇ ਬਿੰਦੀ ਲੱਗੀ ਕੇਵਲ ਬਿੰਦੀ। ਉਹ ਵੀ ਧਿਆਨ ਨਾਲ ਵੇਖੀਏ ਪ੍ਰਾਤਨ ਸਰੂਪਾਂ ਦੇ ਅਨੁਸਾਰ, ਅਤੇ ਕੱਚੀ ਸ਼ਬਦ ਜਦੋਂ ਆਪ ਜੀ ਨੇ ਲਿਖਿਆ ਅਤੇ ਬਿਹਾਰੀ ਤੋਂ ਪਹਿਲਾਂ ਬਿੰਦੀ ਚੀਚੇ ਦੇ ਉੱਤੇ ਆਪ ਜੀ ਨੇ ਲਾਈ ਹੈ, ਬਾਅਦ ਵਿੱਚ ਭਾਵੇਂ ਪ੍ਰਿੰਟਿੰਗ ਦੇ ਵਿੱਚ ਮਿਸਪ੍ਰਿੰਟ ਹੋ ਕੇ ਉਹ ਬਿੰਦੀ ਬਿਹਾਰੀ ਦੇ ਅੱਗੇ ਜਾ ਕੇ ਲੱਗ ਗਈ, ਪਰ ਪ੍ਰਾਤਨ ਸਰੂਪਾਂ ਅਨੁਸਾਰ ਵੇਖਿਆ ਜਾਵੇ ਤਾਂ ਕੱਚੀ ਆਖ ਵਖਾਣੀ ਚੀਚੇ ਉੱਤੇ ਬਿੰਦੀ ਬਿਹਾਰੀ ਬਾਅਦ ਵਿੱਚ ਆਪ ਜੀ ਨੇ ਲਾਈ ਆ। ਕੇਵਲ ਦੋ ਬਿੰਦੀਆਂ ਸਤਿਗੁਰਾਂ ਨੇ ਆਨੰਦ ਸਾਹਿਬ ਜੀ ਦੀ ਅੰਮ੍ਰਿਤਮਈ ਪਵਿੱਤਰ ਬਾਣੀ ਦੇ ਅੰਦਰ ਵਰਤੀਆਂ। ਅੱਜ ਜਦੋਂ ਆਨੰਦ ਸਾਹਿਬ ਦਾ ਪਾਠ ਆਪਾਂ ਸੁਣਦੇ ਹਾਂ, ਕੇਵਲ ਛੇ ਪੌੜੀਆਂ ਰਾਗੀ ਸਿੰਘਾਂ ਕੋਲੋਂ ਜਾਂ ਹੋਰ ਕਿਸੇ ਗੁਰਮੁਖ ਪਿਆਰੇ ਦੇ ਕੋਲੋਂ, ਅਤੇ ਪਤਾ ਨਹੀਂ ਛਾਂ ਪੌੜੀਆਂ ਦੇ ਅੰਦਰ ਕਿੰਨੀਆਂ ਕੁ ਬਿੰਦੀਆਂ ਲੱਗੀਆਂ ਮਿਲਦੀਆਂ ਆਪਾਂ ਨੂੰ। ਫਿਰ ਅਸੀਂ ਜ਼ਿੰਦਗੀ ਵਿੱਚ ਇਹ ਪੁੱਛਦੇ ਹਾਂ ਕਿ ਸਤਿਗੁਰੂ ਸਾਨੂੰ ਪ੍ਰਾਪਤੀ ਤਾਂ ਕੋਈ ਹੋਈ ਨਹੀਂ, ਜਦ ਅਸੀਂ ਸਤਿਗੁਰਾਂ ਦੇ ਬੱਚੇ ਨੂੰ ਮੰਨਿਆ ਹੀ ਨਹੀਂ, ਉੱਥੇ ਫਿਰ ਇੱਕ ਹੋਰ ਸਾਡਾ ਮਨ ਢਕੌਂਸਲੇਬਾਜ਼ੀ ਜੋੜ ਦਿੰਦਾ ਹੈ, ਉਹ ਕਹਿੰਦਾ ਇਹਦਾ ਅਰਥ ਕੀ ਨਿਕਲਦਾ ਹੈ। ਅਸੀਂ ਅਰਥਾਂ ਵਾਲੇ ਪਾਸੇ ਬਾਅਦ ਵਿੱਚ ਜਾਈਏ, ਪਹਿਲਾਂ ਸਾਨੂੰ ਉਚਾਰਨ ਕਰਨਾ ਆ ਜਾਵੇ, ਜਿੱਦਣ ਇਹ ਗੱਲ ਸਤਿਗੁਰਾਂ ਦੇ ਮਨ ਲਵਾਂਗੇ ਉਸ ਤੋਂ ਬਾਅਦ ਸਤਿਗੁਰੂ ਸਾਨੂੰ ਅਰਥ ਵੀ ਸਮਝਾ ਦੇਣਗੇ ਕਿ ਇਹਦਾ ਅਰਥ ਕੀ ਨਿਕਲਦਾ। ਅਜੇ ਉਚਾਰਨ ਕਰਨਾ ਸਾਨੂੰ ਆਇਆ ਨਹੀਂ, ਸਾਡੀ ਜ਼ਿੰਦਗੀ ਨਿਕਲਦੀ ਜਾ ਰਹੀ ਹੈ, ਪਰ ਅਫਸੋਸ ਦੀ ਗੱਲ ਇਹ ਹੈ ਕਿ ਜਿਉਂ ਜਿਉਂ ਉਮਰ ਵੱਡੀ ਹੁੰਦੀ ਜਾਂਦੀ ਹੈ ਤਿਉਂ ਤਿਉਂ ਆਪਣੀਆਂ ਕਮੀਆਂ ਦੇ ਉੱਤੇ ਮਨੁੱਖ ਪਰਦੇ ਪਾਉਣੇ ਹੋਰ ਵੀ ਜ਼ਿਆਦਾ ਸ਼ੁਰੂ ਕਰ ਦਿੰਦਾ ਕਿ ਹੋਰ ਵੀ ਪਰਦੇ ਪੈ ਜਾਂਦੇ, ਮੇਰੀਆਂ ਕਮੀਆਂ ਲੁਕ ਜਾਣ। ਪਰ ਇਹ ਭੋਲਿਆ ਮਨਾ, ਤੇਰੀਆਂ ਕਮੀਆਂ ਨਹੀਂ ਲੁਕਣੀਆਂ, ਤੇਰੇ ਇਸ ਕਮੀਆਂ ਦੇ ਲਕਾਵੇ ਨੇ ਸੱਚ ਹੈ ਕਿ ਤੇਰੇ ਆਪਣੇ ਆਪ ਨੂੰ ਬਰਬਾਦ ਕਰਕੇ ਰੱਖ ਦੇਣਾ, ਕਿਉਂਕਿ ਤੂੰ ਗੁਰੂ ਦੀ ਗੱਲ ਨੂੰ ਪ੍ਰਵਾਨ ਹੀ ਨਹੀਂ ਕੀਤਾ। ਤੇਰਾ ਫਰਜ਼ ਕੇਵਲ ਗੁਰੂ ਦੀ ਗੱਲ ਪ੍ਰਵਾਨ ਕਰਨਾ ਹੈ। ਜਿਵੇਂ ਸਾਹਿਬ ਕਹਿੰਦੇ, ਗੁਰ ਕਿਹਾ ਸਾਕਾਰ ਕਮਾਓ, ਗੁਰ ਕੀ ਕਰਨੀ ਕਾਹੇ ਧਾਵੋ। ਸਤਿਗੁਰਾਂ ਨੇ ਬਿੰਦੀਆਂ ਨਹੀਂ ਲਾਈਆਂ, ਕਿਉਂ ਨਹੀਂ ਲਾਈਆਂ, ਇਹ ਉਹਨਾਂ ਦੀ ਆਪਣੀ ਮੌਜ ਹੈ। ਜੇ ਬਿੰਦੀਆਂ ਲਾਉਣੀਆਂ ਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਅੰਮ੍ਰਿਤਮਈ ਬਾਣੀ, ਫਿਰ ਪੜ੍ਹੋ ਦਸਮ ਦੀ ਬਾਣੀ, ਸਤਿਗੁਰਾਂ ਨੇ ਕੋਈ ਅੱਖਰ ਹੀ ਨਹੀਂ ਛੱਡਿਆ, ਕੋਈ ਲਗਾ ਮਾਤਰ ਹੀ ਨਹੀਂ ਛੱਡੀ। ਜਾਪ ਸਾਹਿਬ ਦੀ ਬਾਣੀ ਪੜ੍ਹ ਕੇ ਵੇਖ ਲਈਏ, ਸਾਹਿਬ ਨੇ ਕੇਵਲ 35 ਅੱਖਰ ਹੀ ਨਹੀਂ ਵਰਤੇ, ਅਗਲੇ 5 ਅੱਖਰ ਜਿਨ੍ਹਾਂ ਦੇ ਪੈਰਾਂ 'ਚ ਬਿੰਦੀ ਲੱਗੀ ਹੈ, ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਜਿਜੇ ਖੱਖੇ ਪਰ ਬਿੰਦੀ, ਜਿਜੇ ਪਰ ਬਿੰਦੀ, ਫੱਫੇ ਪਰ ਬਿੰਦੀ, ਸਾਰੀਆਂ ਬਿੰਦੀਆਂ ਲਾ ਕੇ 40 ਅੱਖਰ 35 ਉੱਪਰਲੇ 5 ਬਿੰਦੀਆਂ ਵਾਲੇ ਅਤੇ 12 ਦੀਆਂ 12 ਮਾਤਰਾ ਪੰਜਾਬੀ ਦੀਆਂ ਸਾਰੀਆਂ ਆਪ ਜੀ ਨੇ ਜਾਪ ਸਾਹਿਬ ਦੇ ਅੰਦਰ ਵਰਤੋਂ ਕੀਤੀ। ਕੋਈ ਆਪ ਜੀ ਨੇ ਲਗਾ ਮਾਤਰ ਨਹੀਂ ਛੱਡੀ, ਕੋਈ ਅੱਖਰ ਨਹੀਂ ਛੱਡਿਆ, ਉੱਥੇ ਜਾ ਕੇ ਸਾਨੂੰ ਕਿੰਨੀ ਕੁ ਪ੍ਰਤੀਤ ਆ ਜਾਂਦੀ ਹੈ। ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ, ਸਾਹਿਬ ਰਹਿਮਤ ਕਰਨ। ਇਹ ਥੋੜ੍ਹਾ ਜਿਹਾ ਹਿੰਟ ਮੇਰਾ ਦੇਣ ਦਾ ਮਨ ਸੀ ਕਿ ਅਸੀਂ ਅੰਮ੍ਰਿਤਮਈ ਬਾਣੀ ਨੂੰ ਧਿਆਨ ਦੇ ਨਾਲ ਨਾ ਪੜ੍ਹਦੇ ਹਾਂ ਨਾ ਵਿਚਾਰਦੇ ਹਾਂ, ਸਤਿਗੁਰ ਕਿਰਪਾ ਕਰੋ ਸਾਨੂੰ ਪੜ੍ਹਨ ਅਤੇ ਵਿਚਾਰਨ ਦਾ ਬਲ ਬਖਸ਼ ਕੇ ਨਵਾਜੋ। ਸਾਹਿਬ ਇੱਥੇ ਬਖਸ਼ਿਸ਼ ਕਰ ਰਹੇ ਨੇ, ਸਭ ਸਤ ਸਭ ਤਪ ਸਭ ਚੰਗਿਆਈ ਆ, ਹੇ ਅਕਾਲ ਪੁਰਖ ਵਾਹਿਗੁਰੂ ਜੀਓ, ਸਾਰਿਆਂ ਸਤਵਾਦੀਆਂ ਨੂੰ ਜੋ ਸਤ ਦੀ ਪ੍ਰਾਪਤੀ ਹੈ, ਹੇ ਪਾਰ ਬ੍ਰਹਮ ਪਰਮੇਸ਼ਰ, ਸਾਰੇ ਤਪੀਆਂ ਨੂੰ ਜੋ ਤਪ ਦੀ ਪ੍ਰਾਪਤੀ ਹੈ,
सारे चंगे पुरखां नूं जे चंगियाईआं दी प्राप्ती होई इह सारा ही कुछ पारब्रह्म परमेश्वर की कृपा दा सदका होया। उस अकाल पुरख वाहिगुरु तो जे किसी नूं सत मिलिया तप मिलिया चंगियाईआं मिलिया वडियाईआं मिलिया आप जी नूं सिद्धां दीआं दातां मिलिया तो केवल अकाल पुरख वाहिगुरु ने दित्तियां सब सत सब तप सब चंगियाईआं कित्थों मिलिया उस अकाल पुरख वाहिगुरु के घर के विचों ते जिन्हों पार ब्रह्म परमेश्वर कृपा करके दे देन। साहब कहिंदे सिद्धा पुरखा किया वडियाई आ फिर सिद्धा पुरखां दी वडियाईआं जो अकाल पुरख वाहिगुरु जी ने आप कृपा करके बख्शिश कीतियां सब सिद्धां नूं इह वडियाईआं भी प्राप्त होईआं क्योंकि 84 सिद्धां दा जिक्र आपां पिछले दवानां दे अंदर कर चुके हाँ जिन्हां दे विच लोहरीपा जिहड़ा कि गोरखनाथ दा सेवक गुरु नानक देव पातशाह दे नाल जिहदे वचन बला सांझे होए सन होर कई तरह के शंभू नाथ बहुत ही ऐसे कुछ पुरख जिन्हों का नाम इन्हों 84 दे विच गिनती विच आउंदा केवल संकेप जी झाती केवल गिरी बोध वर्गे गिरधरनाथ वर्गे लोहरीपा वर्गे जिहड़े 84 सिद्ध हैं सतगुरु इन्हां सभनां ने जो कुछ भी प्राप्त किया आप जी की कृपा दा सदका ही प्राप्त किया। तो अगे साहब कहिंदे तुदवेन सिद्धि किणै ना पाईआ तुदवेन सिद्धि किणै ना नन्ना मुक्ता है ना इत्थे कई वारी अक्सर ही आपां कई वारी तक अक्सर ही आपां पढ़ लगे हाँ तुद तुद दे विच धदे नूं औंकड़ छड़ दिंदे हां विण दे विच नाणी नूं औंकड़ छड़ दिंदे हां सिद्धि दी बजाए सिद्धि किणै ना पाईआं ना नूं कन्नां दे उत्ते बिंदी पाईआं आड़े नूं कन्नां दे उत्ते बिंदी अक्सर शब्द आपां वरतदे हाँ पर जो सतगुरां ने उचारण किए ने सतगुरां लिखे हैं साहब कहते तुद तुद धदे नूं भी औंकड़ वेन सिद्धि किणै ना पाईआ हे अकाल पुरख वाहिगुरु जी तुहाडे दी तुहाडी कृपा तो बिना किसी ने कोई सिद्धि प्राप्त नहीं की जो कुछ मिलिया आप जी की कृपा का ही सदका प्राप्त होया तो जिन्हों आप जी की कृपा का सदका यह दात हासिल होगी करम करम मिला इत करम मम्मे नूं सिहारी करम मिला असी शब्द सीधा पढ़ते हैं करम मिले सीधा शब्द होया करदा साडा साहब कहिंदे करम मिला इत्थे विश्राम ला के ना ही ठाक रहाइया जिन्हों सतगुरु की कृपा का सदका यह दातां प्राप्त हो गई कि उपरलियां जिन्हों का हमने आप जिक्र किया सब सत सब तप सब चंगियाईआ सीधा पुरखा किया वडियाईआ तुद वेन सिद्धि किणै ना पाईआ तुहाडी कृपा तो बिना किसी नूं इह दात हासिल नहीं होई तो जिन्हों तुहाडी कृपा सदका यह दात हासिल हो गई करम मिला जिन्हों आप जी की रहमत का सदका करम का सदका यह दात प्राप्त हो गई हे पार ब्रह्म परमेश्वर ना ही ठाक रहाइया ठाक रहाइया का अर्थ होंदा कि भाव वह रुकदियां नहीं दुनिया की ताकतां भी रोकने की कोशिश करे उन्होंने दातों नूं पर वह दातां कदी नहीं रुकिया करदियां जिन्हों वाहगुरु कृपा करके दे देन ते जिन्हों वाहगुरु कृपा ना करन जे इनू शब्द नूं आपां विश्राम थोड़ा जिहा अगे करके ला दईए कि कर्म मिले ना ही जे ये आपां शब्द इत्थे विश्राम लावांगे ते अर्थ बनेगा जिहदीओं तुहाडी कृपा सदका मिले ना ही नहीं कुछ प्राप्त हुंदा ठाक रहाइया ये दातां सारियां रस्ते विच ही जाके रुक जांदियां हन ते जिन्हों तुसीं कृपा करके देंदे हो जिवें गुरु हर राय पातशाह महाराज ने कृपा की अपने वड्डे साहबजादे बाबा राम राय जी नूं जदों रहमतां दे मीह वरसाउंदिआं बेअंत बरकतां दे के दिल्ली की धरती वाले पासे तोरिया उह अवस्था है जिन्हों साहब कहिंदे करम मिलै जिन्हों तुहाडी कृपा सदका यह दातां प्राप्त हो गईआं ना ही ठाक रहाइआ कदी भी यह दातां नूं कोई दुनिया ताकत रोक नहीं सकदी बड़े वड्डे वड्डे मुल्लां मनाले उत्थे बुलाने सारे कट्ठे किए सन औरंगजेब ने पर जदों पिछे सतगुरु गुरु नानक देव पातशाह महाराज जी की अमृतमय कृपा वरतदी सी ते बाबा राम राय नूं कोई दुनिया की ताकत हरा ना सकी इन्ना कु उत्थे आनंद वधा पर आखिरकार जो अकाल पुरख वाहिगुरू ने मस्तक के अंदर लिखिया है वह हुण घड़ी टल नहीं सकती वह आके ही रही। मैं बेनती सांझी कर रहा सी बाबा राम राय जी दे जदों दिल्ली दे तखत ते बैठे बादशाह औरंगजेब ने गुरु हर राय पातशाह महाराज नूं याद किया कहन लगे मैं मिलना चाहुंदा गुरु हर राय पातशाह महाराज नूं ते विचार करन तों बाद कुछ अपना बल सी भाई संतोख सिंह कहिंदे कुछ तां एक अर्जी लिखी मैं तुहाडियां अजमतां नूं वेखना चाहुंदा कुछ अपने बल दे सहत गुरु हर राय पातशाह महाराज वाले पासे एक परवाना लिख के दूत नूं तोर दिता
ਤੇ ਜਾ ਕੇ ਦੂਤ ਬੇਨਤੀ ਕਰਦਾ ਹੈ ਭਾਈ ਸੰਤੋਖ ਸਿੰਘ ਜੀ ਹੋਣਾ ਜੇ ਬਚਨ ਸਾਂਝੇ ਕੀਤੇ ਕਹਿੰਦੇ ਔਰੰਗਜ਼ੇਬ ਇਹ ਬੇਨਤੀ ਲਿਖ ਰਿਹਾ ਹੈ ਗੁਰੂ ਹਰ ਰਾਏ ਪਾਤਸ਼ਾਹ ਮਹਾਰਾਜ ਤੁਸੀਂ ਕਿਰਪਾ ਕਰਕੇ ਆਓ ਮੈਨੂੰ ਦਤਾਰਾਂ ਦੀ ਦਾਤ ਬਖਸ਼ ਕੇ ਨਵਾਜੋ ਮੋਕੋ ਅਜਮਤ ਆਏ ਦਿਖਾਵੋ ਤੁਸੀਂ ਆਓ ਕਿਰਪਾ ਕਰਕੇ ਮੈਨੂੰ ਅਜਮਤ ਦਿਖਾਉਣੀ ਕਰੋ ਮੱਗ ਦਿਖਾ ਕੇ ਬਾਕ ਸੁਣਾਓ ਮੈਨੂੰ ਮੁਕਤੀ ਦਾ ਮਾਰਗ ਦੱਸੋ ਅਤੇ ਕੋਈ ਬਚਨ ਸਾਂਝੇ ਕਰੋ ਮੇਰੇ ਨਾਲ ਹੇ ਅਕਾਲ ਪੁਰਖ ਵਾਹਿਗੁਰੂ ਗੁਰੂ ਨਾਨਕ ਸਾਹਿਬ ਦੇ ਰੂਪ ਗੁਰੂ ਹਰ ਰਾਏ ਪਾਤਸ਼ਾਹ ਮਹਾਰਾਜ ਮੋਕੋ ਅਜਮਤ ਆਏ ਦਿਖਾਵੋ ਮੱਗ ਦਿਖਾ ਕੇ ਬਾਕ ਸੁਣਾਓ ਇਹਦੇ ਆਦਿਕ ਲਿਖ ਕਰ ਪਰਵਾਨਾ ਕਹਿੰਦੇ ਇਸ ਤਰ੍ਹਾਂ ਕੁਝ ਸ਼ਬਦ ਹੋਰ ਲਿਖੇ ਇੱਕ ਪਰਵਾਨਾ ਲਿਖਿਆ ਇੱਕ ਹੁਕਮਨਾਮਾ ਲਿਖ ਦੇਣਾ ਦਿੱਤਾ ਬਿਨੈ ਸਹਿਤ ਅਰ ਨਿਜ ਬਲ ਤਾਨਾ ਕੁਝ ਤੇ ਨਾਲ ਬੇਨਤੀ ਲਿਖੀ ਕੁਝ ਆਪਣਾ ਬਲ ਤਾਨ ਵੀ ਨਾਲ ਲਿਖ ਦਿੱਤਾ ਕਿਉਂਕਿ ਬਾਦਸ਼ਾਹ ਹਮੇਸ਼ਾ ਆਪਣੇ ਸੁਭਾਅ ਤੋਂ ਕਦੀ ਵੀ ਬਾਜ ਨਹੀਂ ਆ ਸਕਦੇ ਗੁਰੂ ਹਰ ਰਾਏ ਪਾਤਸ਼ਾਹ ਮਹਾਰਾਜ ਦੇ ਕੋਲ ਇਹ ਜਦੋਂ ਹੁਕਮਨਾਮਾ ਪਹੁੰਚਿਆ ਇਹ ਬੇਨਤੀ ਵਾਲਾ ਪੱਤਰ ਪਹੁੰਚਿਆ ਅਤੇ ਸਾਰੀਆਂ ਸੰਗਤਾਂ ਦੇ ਅੰਦਰ ਵਿਚਾਰ ਹੋਈ ਸਤਿਗੁਰੂ ਜੀ ਆਜ ਨੂੰ ਦਿੱਲੀ ਦਾ ਬਾਦਸ਼ਾਹ ਅਜਮਤਾਂ ਵੇਖਣ ਵਾਸਤੇ ਬੁਲਾ ਰਿਹਾ ਹੈ ਗੁਰੂ ਹਰ ਰਾਏ ਪਾਤਸ਼ਾਹ ਮਹਾਰਾਜ ਨੇ ਉਸੇ ਸਮੇਂ ਸਿੱਖ ਸੰਗਤਾਂ ਦੇ ਨਾਲ ਬਚਨ ਸਾਂਝਾ ਕਰ ਦਿੱਤਾ ਇਹ ਗੁਰਮੁਖ ਪਿਆਰਿਓ ਅਸੀਂ ਤਾਂ ਪਹਿਲਾਂ ਹੀ ਮਨ ਦੇ ਅੰਦਰ ਇੱਕ ਵਿਚਾਰ ਧਾਰਨ ਕੀਤੀ ਹੋਈ ਹੈ ਸਿੱਖ ਪੁੱਛਦੇ ਸਤਿਗੁਰੂ ਕਿਹੜੀ ਕਹਿੰਦੇ ਗੁਰਮੁਖੋ ਅਸੀਂ ਤਾਂ ਇਹ ਮਨ ਦੇ ਅੰਦਰ ਵਿਚਾਰ ਕੀਤੀ ਕਿ ਅਸੀਂ ਔਰੰਗਜ਼ੇਬ ਬਾਦਸ਼ਾਹ ਦੇ ਮੱਥੇ ਲੱਗਣਾ ਹੀ ਨਹੀਂ ਅਤੇ ਨਾ ਉਹਨੂੰ ਆਪਣੇ ਮੱਥੇ ਲਾਉਣਾ ਇਹ ਸਾਡਾ ਮਨ ਇੱਥੇ ਪਰਪੱਕ ਹੋ ਚੁੱਕਾ ਹੈ ਜਦੋਂ ਸਾਰੀ ਸਭਾ ਨੇ ਇਹ ਬਚਨ ਸਾਂਝੇ ਕੀਤੇ ਅਤੇ ਗੁਰੂ ਹਰ ਰਾਏ ਪਾਤਸ਼ਾਹ ਮਹਾਰਾਜ ਉਹਨਾਂ ਨੂੰ ਕਹਿ ਕੇ ਸੁਣਾ ਰਹੇ ਹਨ ਅਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਇੱਥੇ ਬਿਆਨ ਕਰਦੇ ਨੇ ਕਹਿੰਦੇ ਸਾਰੀ ਸਭਾ ਨੇ ਜਦੋਂ ਇਹ ਬਚਨ ਸਾਂਝੇ ਕੀਤੇ ਸਤਿਗੁਰੂ ਕਹਿੰਦੇ ਭਲਿਓ ਠੀਕ ਹੈ ਤੁਹਾਡੇ ਬਚਨਾਂ ਨੂੰ ਅਸੀਂ ਸੁਣ ਲਿਆ ਹੈ ਪਰ ਸਾਡੇ ਮਨ ਦੀ ਜੋ ਖਾਸ਼ ਹੈ ਉਹ ਇਹ ਹੈ ਕਹਿੰਦੇ ਸਰਬ ਕਲਾ ਕੇ ਸੁਣ ਕਰ ਬੈਣ ਸ੍ਰੀ ਹਰ ਰਾਹੇ ਜਿਨੋਂ ਕਿੱਤ ਭਏ ਨਾ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਰੂਪ ਗੁਰੂ ਹਰ ਰਾਏ ਪਾਤਸ਼ਾਹ ਮਹਾਰਾਜ ਨੇ ਜਦੋਂ ਬੈਨ ਸਭ ਦੇ ਸੁਣੇ ਗੱਲਾਂ ਸੁਣੀਆਂ ਅਤੇ ਜਿਨ੍ਹਾਂ ਨੂੰ ਕਿਸੇ ਕਿਸਮ ਦਾ ਕੋਈ ਭੈ ਨਹੀਂ ਕੋਈ ਡਰ ਨਹੀਂ ਆਪਣੀ ਰਸਨਾ ਦੇ ਬਚਨ ਸਾਂਝਾ ਕੀਤਾ ਸ੍ਰੀ ਮੁੱਖ ਸਧੀਰ ਬਖਾਨਿਓ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੇ ਮੁਖਾਰਬਿੰਦ ਤੋਂ ਸ੍ਰੀ ਮੁੱਖ ਬਾਕ ਸਧੀਰ ਬਖਾਨਿਓ ਗੁਰੂ ਗਰੀਬ ਨਵਾਜ ਨੇ ਆਪਣੀ ਰਸਨਾ ਤੋਂ ਇੱਕ ਬਚਨ ਸਾਂਝਾ ਕੀਤਾ ਕਹਿੰਦੇ ਭਲਿਓ ਹਮਨੇ ਪਰਨ ਪੁਰਬ ਹੀ ਠਾਨਿਓ ਅਸੀਂ ਪਹਿਲਾਂ ਪਰਨ ਇਹ ਲੈ ਚੁੱਕੇ ਹਾਂ ਕਹਿੰਦੇ ਕਿਹੜਾ ਪੁਰਨ ਲੈ ਚੁੱਕੇ ਹੋ ਕਹਿੰਦੇ ਨਹੇ ਮਲੇਸ਼ਕੋ ਦਰਸ਼ਨ ਦਹਿ ਹੈ ਕਹਿੰਦੇ ਮਲੇਸ਼ ਦੇ ਮੱਥੇ ਹੀ ਨਹੀਂ ਲੱਗਣਾ ਜਿੰਨੀ ਮਰਜ਼ੀ ਕੋਸ਼ਿਸ਼ ਕਰਕੇ ਵੇਖ ਲਏ ਨਹਿ ਕਬ ਤੁਰਕ ਪਤੀ ਕੋ ਲੈ ਹੈ ਨਾ ਅਸੀਂ ਤੁਰਕ ਭਾਵ ਤੁਰਕਾਂ ਦਾ ਪਤੀ ਜਿਹੜਾ ਔਰੰਗਜ਼ੇਬ ਨਾ ਉਹਦੇ ਦਰਸ਼ਨ ਕਰਨੇ ਨਾ ਉਹਨੂੰ ਦਰਸ਼ਨ ਦੇਣੇ ਇਹ ਗੱਲ ਮਨ ਦੇ ਅੰਦਰ ਅਸੀਂ ਪਹਿਲਾਂ ਪਰਪੱਕ ਕਰਕੇ ਰੱਖੀ ਹੋਈ ਹੈ ਇਸ ਕਰਕੇ ਗੁਰਮੁਖ ਪਿਆਰਿਓ ਜਾਂ ਤੇ ਹਮਰੋ ਜਾਣ ਨਾ ਬਣ ਹੈ ਸਾਡਾ ਜਾਣਾ ਨਹੀਂ ਉੱਥੇ ਬਣਦਾ ਕਿ ਅਸੀਂ ਉੱਥੇ ਜਾਣ ਦੀ ਕੋਸ਼ਿਸ਼ ਕਰੀਏ ਕਹਿੰਦੇ ਇੱਕ ਗੱਲ ਅਸੀਂ ਪੱਕੀ ਮਨ ਦੇ ਅੰਦਰ ਧਾਰਨ ਕੀਤੀ ਜਦੋਂ ਗੁਰੂ ਹਰ ਰਾਏ ਪਾਤਸ਼ਾਹ ਮਹਾਰਾਜ ਨੇ ਬਚਨ ਸਾਂਝਾ ਕੀਤਾ ਕੁਝ ਕੁ ਢਿੱਲੇ ਅਵਸਥਾ ਦੇ ਲੋਕ ਕੋਈ ਡੋਲੇ ਕਹਿਣ ਲੱਗੇ ਮਹਾਰਾਜ ਜੇਕਰ ਤੁਸੀਂ ਬਾਦਸ਼ਾਹ ਨੂੰ ਮਿਲਣ ਨਾ ਗਏ ਤਾਂ ਹੋ ਸਕਦਾ ਕਿ ਇਸ ਕੀਰਤਪੁਰ ਸਾਹਿਬ ਦੀ ਧਰਤੀ ਉੱਤੇ ਉਹ ਆਪਣਾ ਰਹਿਣਾ ਨਾ ਬਣ ਦੇਵੇ ਭਾਵ ਕਿ ਸਾਨੂੰ ਉਜਾੜ ਦੇਵੇ ਫਿਰ ਕੀ ਕਰਾਂਗੇ ਮਸਾਂ ਮਸਾਂ ਨਗਰ ਵਸਿਆ ਅਤੇ ਪਰ ਜਿਹੜੇ ਧੀਰਜ ਵਾਲੇ ਸਨ ਕਹਿਣ ਲੱਗੇ ਸਤਿਗੁਰੂ ਜਿਵੇਂ ਆਪ ਜੀ ਦਾ ਹੁਕਮ ਇਹ ਵਿਚਾਰਾਂ ਚੱਲ ਰਹੀਆਂ ਸਨ ਅਤੇ ਬਾਬਾ ਰਾਮ ਰਾਏ ਜੀ ਬਾਹਰੋਂ ਆ ਗਏ ਪੁੱਛਿਆ ਆ ਕੇ ਗੁਰਮੁਖ ਪਿਆਰਿਓ ਕਿਹੜੀਆਂ ਵਿਚਾਰਾਂ ਖਾਸ ਹੋ ਰਹੀਆਂ ਨੇ ਕਹਿਣ ਲੱਗੇ ਦਿੱਲੀ ਦੇ ਬਾਦਸ਼ਾਹ ਨੇ ਸਤਿਗੁਰਾਂ ਨੂੰ ਬੁਲਾਇਆ ਅਤੇ ਸਤਿਗੁਰੂ ਜਾਣ ਦਾ ਮਨ ਨਹੀਂ ਬਣਾ ਰਹੇ ਹੁਣ ਕੋਈ ਗੁਰਮੁਖ ਪਿਆਰਾ ਜਾਣ ਨੂੰ ਤਿਆਰ ਨਹੀਂ ਅਤੇ ਬਾਬਾ ਰਾਮ ਰਾਏ ਕਹਿਣ ਲੱਗੇ ਜੇਕਰ ਜਾਣਾ ਬਣਦਾ ਹੈ ਜਿਹੜੇ ਕਾਰਜ ਕਰਨੇ ਬਣਦੇ ਹਨ ਉੱਥੇ ਜਾਣ ਤੋਂ ਬਿਨਾਂ ਅਗਰ ਛੁਟਕਾਰਾ ਨਹੀਂ ਤਾਂ ਜਾਣ ਵਿੱਚ ਕੋਈ ਹਰਜ ਨਹੀਂ ਸਤਿਗੁਰੂ ਨਹੀਂ ਜਾ ਰਹੇ ਅਤੇ ਕੋਈ ਗੁਰਮੁਖ ਪਿਆਰਾ ਜਾਣ ਦੀ ਖੇਚਲ ਕਰੇ ਉਹ ਸੇਵਾ ਸੰਭਾਲੇ ਜਦੋਂ ਬਚਨ ਸਾਂਝੇ ਕੀਤੇ ਤਾਂ ਕੁਝ ਆਗੂ ਸਿੱਖਾਂ ਨੇ ਬੇਨਤੀ ਕੀਤੀ ਬਾਬਾ ਜੀ ਜੇਕਰ ਤੁਸੀਂ ਇਹ ਸੇਵਾ ਕਰ ਸਕਦੇ ਹੋ ਤੁਸੀਂ ਫਿਰ ਚਲੇ ਜਾਓ ਅਤੇ ਬਾਬਾ ਰਾਮ ਰਾਏ ਕਹਿਣ ਲੱਗੇ ਜੇਕਰ ਨਿਰੰਕਾਰ ਨੂੰ ਇਹੀ ਭਾਉਂਦਾ ਹੈ ਅਤੇ ਸਤਿਗੁਰੂ ਕਿਰਪਾ ਕਰਨ ਆਗਿਆ ਕਰਨ ਅਤੇ ਫਿਰ ਮੈਂ ਚਲੇ ਜਾਂਦਾ ਗੁਰੂ ਹਰ ਰਾਏ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਕਹਿਣ ਲੱਗੇ ਚੰਗਾ ਬੇਟਾ ਜੇਕਰ ਤੂੰ ਜਾਣਾ ਚਾਹੁੰਦਾ ਜਾ ਗੁਰੂ ਨਾਨਕ ਸਾਹਿਬ ਭਲੀ ਕਰਨਗੇ ਤੇਰੀ ਰਸਨਾ ਉੱਤੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦਾ ਵਾਸਾ ਹੋਵੇਗਾ ਕੋਈ ਦੁਨੀਆ ਦੀ ਤਾਕਤ ਤੈਨੂੰ ਰੋਕ ਨਹੀਂ ਸਕੇਗੀ ਤੂੰ ਜਿਹੜੇ ਵੀ ਬਚਨ ਆਪਣੀ ਰਸਨਾ ਤੋਂ ਸਾਂਝੇ ਕਰੇਗਾ ਸਾਰੇ ਬਚਨ ਪੂਰੇ ਹੋਣਗੇ ਕਹਿੰਦੇ ਧਰਤੀ ਦੇ ਮਨੁੱਖ ਤਾਂ ਕੀ ਕਹਿੰਦੇ ਅਰਸ਼ਾਂ ਦੇ ਦੇਵਤੇ ਵੀ ਅਤੇ ਪਤਾਲ ਦੇ ਹਰੇਕ ਜੀਵ ਵੀ ਤੇਰੇ ਹਰੇਕ ਬਚਨ ਨੂੰ ਮੰਨਣਗੇ ਤੇਰੀ ਰਸਨਾ ਉੱਤੇ ਹੋਵੇਗਾ ਅਕਾਲ ਪੁਰਖ ਵਾਹਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦਾ ਵਾਸਾ ਜਾਂ ਤੂੰ ਸਾਡੇ ਬਚਨ ਮੰਨ ਅਤੇ ਇਸ ਅਹਿਲਕਾਰ ਦੇ ਨਾਲ ਜਿਹੜਾ ਦੂਤ ਚੱਲ ਕੇ ਆਇਆ ਇਹਦੇ ਨਾਲ ਦਿੱਲੀ ਧਰਤੀ ਉੱਤੇ ਚਲੇ ਜਾ ਲੇਕਿਨ ਬੇਟਾ ਇੱਕ ਗੱਲ ਯਾਦ ਰੱਖੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਵੇਗੀ ਗੁਰੂ ਨਾਨਕ ਸਾਹਿਬ ਦੇ ਭੈ ਦੇ ਵਿੱਚ ਰਹਿ ਕੇ ਸਾਰੇ ਕਾਰਜ ਕਰਨੇ ਨੇ ਕਿਤੇ ਭੈ ਤੋਂ ਬਾਹਰ ਕੋਈ ਕਾਰਜ ਨਹੀਂ ਕਰਨਾ
ਧੰਨ ਗੁਰੂ ਹਰ ਰਾਇ ਪਾਤਸ਼ਾਹ ਮਹਾਰਾਜ ਜੀ ਨੇ ਇਹ ਹਦਾਇਤ ਬਖਸ਼ਿਸ਼ ਕੀਤੀ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਇਹਨੂੰ ਜਦੋਂ ਆਪਣੀ ਰਚਨਾ ਦੇ ਅੰਦਰ ਲਿਖਿਆ ਤਾਂ ਕਹਿਣ ਲੱਗੇ, ਗੁਰੂ ਹਰ ਰਾਇ ਪਾਤਸ਼ਾਹ ਮਹਾਰਾਜ ਨੇ ਬਚਨ ਸਾਂਝੇ ਕੀਤੇ, ਕਹਿਣ ਲੱਗੇ ਬੇਟਾ ਜਾ ਤਵ ਰਸਨਾ ਪਰ ਕਰ ਹੈ ਵਾਸਾ, ਜੋ ਤਿਸ ਤੇ ਹੋਏ ਬਾਕ ਪ੍ਰਕਾਸ਼ਾ। ਜਿਹੜਾ ਵੀ ਤੂੰ ਬਚਨ ਮੂੰਹ ਕੱਢੇਗਾ ਤੇਰੀ ਹਰੇਕ ਗੱਲ ਦੇ ਉੱਤੇ, ਤੇਰੀ ਜ਼ਬਾਨ ਦੇ ਉੱਤੇ ਨਿਰੰਕਾਰ ਦਾ ਵਾਸਾ ਹੋਵੇਗਾ, ਤੇਰਾ ਕੋਈ ਵੀ ਬੋਲ ਕਦੀ ਵਿਅਰਥਾ ਨਹੀਂ ਜਾਵੇਗਾ। ਇੱਥੋਂ ਤੱਕ ਬਚਨ ਸਾਂਝੇ ਕਰ ਦਿੱਤੇ। ਕਹਿੰਦੇ ਤੀਨ ਲੋਕ ਮੈਂ ਆਇਸ ਜਿਮ ਕਹਿ, ਜਿਵੇਂ ਤੂੰ ਕਵੇਂਗਾ ਤਿੰਨਾਂ ਲੋਕਾਂ ਦੇ ਅੰਦਰ ਤੇਰੀ ਗੱਲ ਪ੍ਰਵਾਨੀ ਜਾਵੇਗੀ। ਸੁਰ ਨਰ ਨਾਗ ਸੁਣਤ ਹੀ ਹਿਤ ਲਹਿ। ਕਹਿੰਦੇ ਇੱਥੋਂ ਤੱਕ ਕਿ ਸੁਰ ਨਰ ਦੇਵਤੇ ਮਨੁੱਖ ਤੇ ਨਾਗ ਆਦਿ ਭਾਵ ਪਤਾਲ ਦੇ ਜੀਵ ਵੀ ਤੇਰੇ ਬਚਨਾਂ ਨੂੰ ਪ੍ਰਵਾਨ ਕਰ ਲੈਣਗੇ, ਸਾਰੇ ਹੀ ਤੇਰੇ ਭੈ ਦੇ ਅੰਦਰ ਹੋ ਜਾਣਗੇ, ਕੇਵਲ ਤੂੰ ਭੈ ਦੇ ਅੰਦਰ ਰਹਿਣਾ ਕਰੀ, ਤੂੰ ਚਿੰਤਾ ਨਹੀਂ ਕਰਨੀ। ਇੱਕ ਛਿਨ ਦੇ ਅੰਦਰ ਤੇਰੇ ਬਚਨਾਂ ਨੂੰ ਪ੍ਰਵਾਨ ਕਰਦੇ ਹੋਏ ਇਹ ਤੇਰੇ ਕੋਲ ਹਾਜ਼ਰ ਹੋਣਗੇ। ਗੁਰੂ ਹਰ ਰਾਇ ਪਾਤਸ਼ਾਹ ਮਹਾਰਾਜ ਦੀਆਂ ਰਹਿਮਤਾਂ ਲੈ ਕੇ ਬਾਬਾ ਰਾਮ ਰਾਏ ਜੀ ਦਿੱਲੀ ਧਰਤੀ ਦੇ ਉੱਤੇ ਪਹੁੰਚੇ। ਸਭ ਤੋਂ ਪਹਿਲਾਂ ਵਾਸਾ ਕੀਤਾ ਮਜਨੂ ਕੇ ਟਿੱਲੇ, ਜਿੱਥੇ ਜਾ ਕੇ ਆਪ ਜੀ ਰੁਕੇ। ਇਸੇ ਸਥਾਨ 'ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ, ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਵੀ ਇਸੇ ਸਥਾਨ ਦੇ ਉੱਤੇ ਆ ਕੇ ਆਪ ਜੀ ਨੇ ਰੁਕਣਾ ਕੀਤਾ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜਦੋਂ ਜਹਾਂਗੀਰ ਪਾਤਸ਼ਾਹ ਨੂੰ ਮਿਲਣ ਗਏ ਸੀ, ਉਹਨਾਂ ਨੇ ਵੀ ਇਸੇ ਸਥਾਨ ਦੇ ਉੱਤੇ ਰੁਕਣਾ ਕੀਤਾ। ਇਸੇ ਸਥਾਨ 'ਤੇ ਹੀ ਮਗਰੋਂ ਬਾਬਾ ਰਾਮ ਰਾਏ ਜੀ ਔਰੰਗਜ਼ੇਬ ਦੇ ਦੂਤ ਦੇ ਨਾਲ ਚੱਲ ਕੇ ਦਿੱਲੀ ਦੀ ਧਰਤੀ 'ਤੇ ਪਹੁੰਚੇ ਅਤੇ ਉਸ ਸਥਾਨ 'ਤੇ ਅਜੇ ਵੀ ਖੂਹ ਆਪਾਂ ਵੇਖਣ ਨੂੰ ਮਿਲਦਾ ਹੈ। ਉਹ ਜਿਹੜਾ ਖੂਹ ਗੁਰਦੁਆਰਾ ਸਾਹਿਬ ਦੇ ਸੱਜੇ ਹੱਥ ਮੇਨ ਗੇਟ ਦੇ ਕੋਲ ਹੈ, ਉਸ ਖੂਹ ਦੇ ਉੱਤੇ ਇਹਨਾਂ ਨੇ ਇਸ ਤਰ੍ਹਾਂ ਚਾਦਰ ਵਿਛਾ ਦਿੱਤੀ, ਮੌਣ ਤੱਕ ਮਿੱਟੀ ਚੜ੍ਹਾ ਦਿੱਤੀ, ਚਿੱਟਾ ਚਾਦਰਾ ਵਿਛਾ ਦਿੱਤਾ ਕਿ ਇਹਨੂੰ ਇਹ ਨਾ ਪਤਾ ਲੱਗੇ ਕਿ ਥੱਲੇ ਖੂਹ ਹੈ ਜਾਂ ਕੀ ਹੈ। ਅਤੇ ਬਾਬਾ ਰਾਮ ਰਾਏ ਜੀ ਨੂੰ ਇਸ ਸਥਾਨ ਉੱਤੇ ਬੈਠਣ ਵਾਸਤੇ ਜਦੋਂ ਬੇਨਤੀ ਕੀਤੀ ਤੇ ਚਿੱਟੇ ਚਾਦਰੇ ਦੇ ਉੱਤੇ ਇਸ ਤਰ੍ਹਾਂ ਜਾ ਕੇ ਬਾਬਾ ਰਾਮ ਰਾਏ ਜੀ ਬੈਠ ਗਏ, ਜਿਵੇਂ ਆਮ ਕਿਸੇ ਸਮਤਲ ਧਰਤੀ ਉੱਤੇ ਜਾ ਕੇ ਮਨੁੱਖ ਬੈਠ ਜਾਂਦਾ। ਪਹਿਲੀ ਕਰਾਮਾਤ ਬਾਬਾ ਰਾਮ ਰਾਏ ਜੀ ਨੇ ਜਾ ਕੇ ਇੱਥੇ ਦਿਖਾਉਣੀ ਕੀਤੀ ਜਦੋਂ ਉਹਨਾਂ ਲੋਕਾਂ ਨੇ ਵੇਖਣੀ ਚਾਹੀ, ਕਿਉਂਕਿ ਇਸਲਾਮ ਮਤ ਦੇ ਅੰਦਰ ਕਰਾਮਾਤ ਤੋਂ ਬਿਨਾਂ ਕਿਸੇ ਪੀਰ ਫਕੀਰ ਨੂੰ ਪ੍ਰਵਾਨ ਨਹੀਂ ਕੀਤਾ ਜਾਂਦਾ ਅਤੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਅੰਦਰ ਕਰਾਮਾਤ ਦਿਖਾਉਣ ਵਾਲੇ ਨੂੰ ਪੀਰ ਫਕੀਰ ਪ੍ਰਵਾਨਿਆ ਹੀ ਨਹੀਂ ਜਾਂਦਾ। ਦੋਵਾਂ ਦੇ ਅੰਦਰ ਇਹੀ ਅੰਤਰ ਹੈ। ਗੁਰੂ ਨਾਨਕ ਸਾਹਿਬ ਦੇ ਘਰ ਦੇ ਅੰਦਰ ਕਰਾਮਾਤ ਨੂੰ ਪ੍ਰਵਾਨਗੀ ਨਹੀਂ ਅਤੇ ਇਸਲਾਮ ਮਤ ਦੇ ਅੰਦਰ ਕਰਾਮਾਤ ਤੋਂ ਬਿਨਾਂ ਪੀਰ ਫਕੀਰ ਨਵਾਜਿਆ ਹੀ ਨਹੀਂ ਜਾਂਦਾ ਜਿਹਦੇ ਕੋਲ ਕਰਾਮਾਤਾਂ ਨਹੀਂ। ਦੋਵਾਂ ਦੇ ਵਿੱਚ ਵੇਖੋ ਕਿੰਨਾ ਅੰਤਰ ਹੈ, ਜਿਵੇਂ ਅਸਮਾਨ ਦਾ ਦੋਵਾਂ ਖਿਆਲਾਂ ਦੇ ਵਿੱਚ ਇੱਕ ਕੁਝ ਹਦਾਇਤ ਕਰ ਰਿਹਾ, ਦੂਸਰਾ ਕੁਝ ਕਰ ਰਿਹਾ, ਕਿਉਂਕਿ ਗੁਰੂ ਨਾਨਕ ਸਾਹਿਬ ਦਾ ਘਰ ਪਰਮਾਤਮਾ ਦਾ ਘਰ ਹੈ ਅਤੇ ਪਰਮਾਤਮਾ ਆਪਣੇ ਸੇਵਕਾਂ ਨੂੰ ਕੇਵਲ ਆਪਣੇ ਵਰਗਾ ਬਣਾਉਣਾ ਚਾਹੁੰਦਾ। ਜਿਹੜਾ ਪਾਰ ਬ੍ਰਹਮ ਪਰਮੇਸ਼ਰ ਤਿੰਨਾਂ ਗੁਣਾਂ ਤੋਂ ਪਰੇ ਇੱਕ ਮਹਾਨ ਰੂਪ ਲੈ ਕੇ ਜਿਹੜਾ ਹਰੇਕ ਥਾਂ ਦੇ ਉੱਤੇ ਹਰੇਕ ਸਮੇਂ ਬਰਾਬਰ ਵਰਤ ਰਿਹਾ, ਆਪਣੇ ਸਿੱਖਾਂ ਨੂੰ ਵੀ ਇਹੋ ਜਿਹਾ ਹੀ ਬਣਾਉਣਾ ਚਾਹੁੰਦਾ ਹੈ। ਜਿਵੇਂ ਭਗਤ ਕਬੀਰ ਜੀ ਕਹਿੰਦੇ, ਹਰ ਕਾ ਸੇਵਕ ਇਹੋ ਜਿਹਾ ਹੋਣਾ ਚਾਹੀਦਾ ਹੈ ਕਿ ਜਿਤਨਾ ਦਾ ਅਕਾਲ ਪੁਰਖ ਵਾਹਿਗੁਰੂ ਜੀ ਹੈ ਉਤਨਾ ਦਾ ਹੋਵੇ। ਇਹ ਨਾ ਹੋਵੇ ਕਿ ਹਰੀ ਦੇ ਅੰਦਰ ਗੁਣ ਕੁਝ ਹੋਰ ਹੋਣ ਅਤੇ ਹਰੀ ਦੇ ਸੇਵਕ ਦੇ ਅੰਦਰ ਗੁਣ ਕੁਝ ਹੋਰ ਹੋਣ, ਬਸ ਇੱਕੋ ਜਿਹੇ ਗੁਣ ਦੋਵਾਂ ਦੇ ਹੋਣੇ ਚਾਹੀਦੇ ਹਨ, ਇੱਕੋ ਜੇ ਨਾ ਉਹਨਾਂ ਵਿੱਚ ਕੋਈ ਅੰਤਰ ਹੋਵੇ, ਨਾ ਉਹਨਾਂ ਵਿੱਚ ਕਿਸੇ ਕਿਸਮ ਦੀ ਕੋਈ ਊਣਤਾ ਹੋਣੀ ਚਾਹੀਦੀ ਹੈ। ਕੇਵਲ ਅਕਾਲ ਪੁਰਖ ਵਾਹਿਗੁਰੂ ਦਾ ਸੇਵਕ ਅਕਾਲ ਪੁਰਖ ਵਾਹਿਗੁਰੂ ਦਾ ਹੀ ਰੂਪ ਹੋਵੇ ਅਤੇ ਫਿਰ ਜਾ ਕੇ ਇੱਕ ਅਵਸਥਾ ਦਾ ਮਾਲਕ ਬਣਦਾ ਹੈ, ਜਿਹਨੂੰ ਸਾਹਿਬ ਕਹਿੰਦੇ ਕਿ ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਜਿਹੜੇ ਹਰੀ ਦੇ ਸੇਵਕ ਹਰੀ ਵਰੇ ਬਣ ਜਾਂਦੇ ਹਨ, ਹਰੀ ਵਰਗੇ, ਉਹਨਾਂ ਦੇ ਵਿੱਚ ਦੇ ਸਰੀਰ ਦੇ ਵਿੱਚ ਕੋਈ ਭਿੰਨ ਭੇਦ ਅੰਤਰ ਆਦਿ ਨਹੀਂ ਹੁੰਦਾ, ਕਿਉਂਕਿ ਉਹ ਇੱਕਮਿਕ ਹੋ ਜਾਂਦੇ ਹਨ। ਤੇ ਹਰੀ ਦਾ ਸੇਵਕ ਹਰੀ ਵਰਗਾ ਹੀ ਹੋਵੇ ਤਾਂ ਤੇ ਉਹ ਅਕਾਲ ਪੁਰਖ ਵਾਹਿਗੁਰੂ ਦੇ ਘਰ ਦੇ ਅੰਦਰ ਪ੍ਰਵਾਨਿਆ ਜਾਂਦਾ ਹੈ। ਜੇਕਰ ਉਹਦੇ ਵਿੱਚ ਕੋਈ ਅੰਤਰ ਹੈ ਤੇ ਪਾਰ ਬ੍ਰਹਮ ਪਰਮੇਸ਼ਰ ਦੇ ਘਰ ਦੇ ਅੰਦਰ ਉਹ ਪ੍ਰਵਾਨਿਆ ਨਹੀਂ ਜਾਂਦਾ। ਅੱਜ ਬਾਬਾ ਰਾਮ ਰਾਏ ਜੀ ਉਸ ਸਥਾਨ ਦੇ ਉੱਤੇ ਪਹੁੰਚੇ ਤੇ ਗੁਰੂ ਹਰ ਰਾਇ ਪਾਤਸ਼ਾਹ ਮਹਾਰਾਜ ਦੀ ਕਿਰਪਾ ਦਾ ਸਦਕਾ ਇਹ ਪਹਿਲੀ ਕਰਾਮਾਤ ਸੀ ਜਿਹੜੀ ਉਹਨਾਂ ਮੁਗਲ ਲੋਕਾਂ ਨੇ ਤੱਕੀ, ਪਰ ਅਜੇ ਦਿਲ ਨਹੀਂ ਭਰਿਆ। ਉਸ ਸਮੇਂ ਫਿਰ ਦਿੱਲੀ ਦੇ ਬਾਦਸ਼ਾਹ ਦੇ ਕੋਲ ਜਦੋਂ ਖਬਰ ਪਹੁੰਚੀ ਕਿ ਸਤਿਗੁਰੂ ਜੀ ਵਾਹਿਗੁਰੂ ਦਿੱਲੀ ਦੇ ਬਾਦਸ਼ਾਹ ਦੇ ਕੋਲ ਖਬਰ ਪਹੁੰਚੀ ਕਿ ਇਹ ਬਾਦਸ਼ਾਹ ਸਲਾਮਤ, ਸਤਿਗੁਰੂ ਜੀ ਆਪ ਨਹੀਂ ਆਏ, ਉਹਨਾਂ ਆਪਣਾ ਸਾਹਿਬਜ਼ਾਦਾ ਭੇਜਿਆ। ਕਹਿੰਦੇ ਕੋਈ ਗੱਲ ਨਹੀਂ, ਗੁਰੂ ਅਤੇ ਗੁਰੂ ਪੁੱਤਰ ਵਿੱਚ ਕੋਈ ਅੰਤਰਾ ਨਹੀਂ, ਆਪਾਂ ਤਾਂ ਕੇਵਲ ਕਰਾਮਾਤਾਂ ਵੇਖਣੀਆਂ ਹਨ ਅਤੇ ਜੇਕਰ ਗੁਰੂ ਪੁੱਤਰ ਦਿਖਾ ਦੇਣਗੇ ਆਪਾਂ ਉਹਨਾਂ ਦੀਆਂ ਵੇਖ ਲਵਾਂਗੇ।